हाँ जी, तो सत श्री अकाल सारे मित्रों नूं ते दोस्तों, मेरा नाम है रोहित। ते अज आपां दोस्तों चर्चा करेंगे कि प्रेगा कैप्सूल ने ते जिहड़े सिग्नेचर कैप्सूल अजकल यूज च काफ़ी ज़्यादा, मतलब कि काफ़ी ज़्यादा वरते जाने वाले कैप्सूल दोस्तों बन गए हैं कि नशे के तौर पर, कि इन्हां दे की फायदे की ने, ते आपां इस दे फायदे ते इस बारे थोड़ी जी गल करांगे। ते दोस्तों वीडियो शुरू करन तो पहलां छेती तुसीं ऐं करो, वीडियो नूं लाइक कर लो ते अपने चैनल नूं जरूर कर लो सबसक्राइब। फिर आपां शुरू करते हैं वीडियो नूं। ਬਈ ਪ੍ਰੈਗਾ ਕੈਪਸੂਲ ਜਾਂ ਜਿਹੜੇ ਸਿਗਨੇਚਰ ਕੈਪਸੂਲ ਆਉਂਦੇ ਨੇ ਇਹਨਾਂ ਦਾ ਵੀ ਕੀ ਇਹਨਾਂ ਦਾ ਫਾਇਦਾ ਹੈ, ਠੀਕ ਹੈ। ਅਤੇ ਅਸੀਂ ਦੱਸਾਂਗੇ ਤੁਹਾਨੂੰ ਕਿ ਜਿਹੜੇ ਪ੍ਰੀ ਗਾਬਲਿਨ ਕੈਪਸੂਲ ਨੇ ਇਹ ਕਿਵੇਂ ਕੀ ਕੰਮ ਕਰਦੇ ਨੇ ਸਾਡੀ ਬੋਡੀ 'ਚ, ਅਤੇ ਕਿਹੜੇ ਕਿਹੜੇ ਬ੍ਰਾਂਡਸ ਦੇ ਆਉਂਦੇ ਨੇ। ਵੈਸੇ ਦੋਸਤੋ ਇਹ ਕਾਫੀ ਬ੍ਰਾਂਡਸ ਦੇ ਆਉਂਦੇ ਨੇ, ਅਤੇ ਕੀ ਇਹਦੇ ਸਾਈਡ ਇਫੈਕਟ ਨੇ ਉਸ ਬਾਰੇ ਆਪਾਂ ਗੱਲ ਕਰਾਂਗੇ। ਅਤੇ ਦੋਸਤੋ ਤੁਸੀਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਅਤੇ ਦੋਸਤੋ ਸਾਰੀ ਜਾਣਕਾਰੀ ਲੈਣ ਵਾਸਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਅਤੇ ਮੇਰੇ ਤੋਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜਿਹੜਾ ਪ੍ਰੀ ਗਾਬਲਿਨ ਕੈਪਸੂਲ ਹੈ ਇਹ ਦੋਸਤੋ ਕੈਪਸੂਲ ਦੀ ਫੋਰਮ 'ਚ ਵੀ ਆਉਂਦਾ ਹੈ ਅਤੇ ਟੇਬਲੇਟ ਦੀ ਫੋਰਮ 'ਚ ਵੀ ਆਉਂਦਾ, ਮਤਲਬ ਗੋਲੀ ਵੀ ਆਉਂਦੀ ਹੈ ਇਸ ਦੀ। ਅਤੇ ਦੋਸਤੋ ਜਿਵੇਂ ਪ੍ਰੀ ਗਾਬਲਿਨ ਸਾਲਟ ਹੈ ਇਹ ਕਾਫੀ ਕੰਪਨੀਆਂ 'ਚ ਆਉਂਦਾ, ਜਿਵੇਂ ਕਿ ਨੋਵਾ 75 ਆਉਂਦਾ, ਪ੍ਰੀ ਗਾਬ SR 75 ਆਉਂਦਾ, ਲਾਇਰਿਕਾ 75 MG ਵੀ ਆਉਂਦਾ ਹੈ, ਅਤੇ ਇਸ 'ਚ ਦੋਸਤੋ 300 MG ਸਾਲਟ ਵੀ ਆਉਂਦਾ ਹੈ ਕਈ ਕੰਪਨੀਆਂ ਦੇ। ਅਤੇ ਸਭ ਤੋਂ ਫੇਮਸ ਦੋਸਤੋ ਲਾਇਰਿਕਾ ਕੰਪਨੀ ਦਾ ਆਉਂਦਾ ਜਿਹੜਾ ਕਿ ਫਾਈਜ਼ਰ ਕੰਪਨੀ ਦੁਆਰਾ ਬਣਾਇਆ ਜਾਂਦਾ ਹੈ। ਅਤੇ ਸਨ ਫਾਰਮਾ ਦਾ ਦੋਸਤੋ ਮੈਕਸ ਗੈਲਿਨ 75 MG ਉਹ ਵੀ ਆਉਂਦਾ ਹੈ। ਅਤੇ ਜ਼ਿਆਦਾਤਰ ਲੋਕ ਦੋਸਤੋ ਆਪਣੇ ਪੰਜਾਬ 'ਚ ਇਹਨਾਂ ਕੈਪਸੂਲਾਂ ਨੂੰ ਦਰਦ ਨਿਵਾਰਕ ਕੈਪਸੂਲ ਕਹਿੰਦੇ ਨੇ, ਜੋ ਕਿ ਦੋਸਤੋ ਬਿਲਕੁਲ ਗਲਤ ਹੈ। ਅਤੇ ਦੋਸਤੋ ਪ੍ਰੈਗਾਬਲਿਨ ਜਿਹੜਾ ਸਾਲਟ ਹੈ ਦੋਸਤੋ ਐਂਟੀ ਐਪਲੇਟਿਕ ਡਰੱਗ ਹੈ, ਪ੍ਰੀਗਾਬਲਿਨ ਦੋਸਤੋ ਐਂਟੀ ਕੋਨਵੁਲਸੈਂਟ ਡਰੱਗ ਹੈ। ਅਤੇ ਦੋਸਤੋ ਗਾਬਾ ਪੈਂਟੀਨੋਇਡਸ ਨਾਂ ਦਾ ਇੱਕ, ਮਤਲਬ ਕਿ ਇੱਕ ਕਲਾਸ ਹੁੰਦਾ ਡਰੱਗਸ ਦਾ, ਉਸ ਵਿੱਚੋਂ ਇਹ ਸਾਲਟ ਨੂੰ ਕੱਢਿਆ ਗਿਆ ਪ੍ਰੀਗਾਬਲਿਨ ਨੂੰ, ਜੋ ਕਿ ਦੋਸਤੋ ਸਿੱਧਾ ਆਪਣੇ ਦਿਮਾਗ 'ਤੇ ਅਸਰ ਕਰਦਾ ਹੈ। ਇਹ ਕੈਪਸੂਲ ਦੋਸਤੋ ਸਿੱਧਾ ਆਪਣੇ ਦਿਮਾਗ 'ਤੇ ਜਾ ਕੇ ਕੰਮ ਕਰਦਾ ਹੈ। ਅਤੇ ਤੁਸੀਂ ਦੋਸਤੋ ਸਭ ਤੋਂ ਪਹਿਲਾਂ ਇਹ ਗੱਲ ਸਮਝੋ ਕਿ ਇਹ ਕੈਪਸੂਲ ਕੰਮ ਕਿਵੇਂ ਕਰਦਾ ਹੈ ਆਪਣੇ ਦਿਮਾਗ 'ਚ, ਠੀਕ ਹੈ। ਜਿਹੜੀਆਂ ਦੋਸਤੋ ਨਾੜਾਂ ਨੇ ਜਿਹੜੇ ਆਪਣੇ ਪੂਰੇ ਸਰੀਰ 'ਚ ਫੈਲੀਆਂ ਨੇ ਉਹ ਆਪਣੇ ਦਿਮਾਗ ਤੱਕ ਜਾਂਦੀਆਂ ਨੇ। ਜਿਵੇਂ ਦੋਸਤੋ ਜਿਹੜੀਆਂ ਇਹ ਆਪਣੀ ਜਿਹੜੀ ਬੋਡੀ 'ਚ ਨਾੜਾਂ ਨੇ ਉਹ ਦੋਸਤੋ ਸਿੰਬਲ ਨੂੰ ਲੈ ਕੇ ਜਾਂਦੇ ਨੇ ਆਪਣੇ ਦਿਮਾਗ ਤੱਕ ਲੈ ਜਾਂਦੇ, ਅਤੇ ਆਪਣੇ ਦਿਮਾਗ ਤੋਂ ਆਪਣੀ ਪੂਰੇ ਬੋਡੀ ਤੱਕ ਸਿੰਬਲ ਪਹੁੰਚਾਉਂਦੀਆਂ ਨੇ, ਠੀਕ ਹੈ। ਅਤੇ ਜਦੋਂ ਦੋਸਤੋ ਪ੍ਰੀਗਾਬਲਿਨ ਕੈਪਸੂਲ ਕਿਸੇ ਨੂੰ ਦਿੱਤਾ ਜਾਂਦਾ ਹੈ ਕਿਸੇ ਵਿਅਕਤੀ ਨੂੰ, ਅਤੇ ਉਹ ਉਸ ਸਿੰਬਲਸ ਨੂੰ ਬਲੌਕ ਕਰ ਦਿੰਦਾ, ਮਤਲਬ ਕਿ ਉਹ ਸਿੰਬਲ ਨੂੰ ਰੋਕ ਦਿੰਦਾ, ਜਿਹੜਾ ਆਪਣੇ ਦਿਮਾਗ ਤੱਕ ਜੋ ਕੋਈ ਸਿੰਬਲ ਜਾਂਦਾ ਉਸ ਨੂੰ ਰੋਕਦਾ ਹੈ। ਅਤੇ ਹੁਣ ਦੋਸਤੋ ਗੱਲ ਕਰਦੇ ਹਾਂ ਕਿ ਇਹਨਾਂ ਕੈਪਸੂਲਾਂ ਦਾ ਉਪਯੋਗ ਕਿਵੇਂ ਕੀਤਾ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਦੋਸਤੋ ਨਿਊਰੋਪੈਥਿਕ 'ਚ ਇਹਨਾਂ ਕੈਪਸੂਲਾਂ ਦਾ ਉਪਯੋਗ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ, ਨਿਊਰੋਪੈਥਿਕ ਬਿਮਾਰੀਆਂ ਨਾਲ ਜਿਹੜੇ ਦਿਮਾਗ ਤੋਂ ਦਿਮਾਗ ਨਾਲ ਜਿਹੜੀਆਂ ਬਿਮਾਰੀਆਂ ਜੁੜੀਆਂ ਨੇ ਉਹਨਾਂ ਨੂੰ ਠੀਕ ਕਰਨ ਵਾਸਤੇ ਇਸ ਕੈਪਸੂਲ ਦਾ ਪ੍ਰੀਗਾਬਲਿਨ ਦਾ ਉਪਯੋਗ ਕੀਤਾ ਜਾਂਦਾ। ਕੁਛ ਦੋਸਤੋ ਇਹ ਜੇ ਮਤਲਬ ਕਿ ਜ਼ਿਆਦਾ ਦਰਦ ਹੁੰਦੇ ਨੇ, ਜਿਵੇਂ ਕਿ ਕੋਈ ਭਿਆਨਕ ਦਰਦ ਹੁੰਦਾ, ਜਿਹੜੇ ਕਿ ਜਿਵੇਂ ਸਿੰਪਲ ਗੋਲੀਆਂ ਲੈਣ ਨਾਲ ਦਰਦੀਆਂ ਉਹ ਦਰਦ ਠੀਕ ਨਹੀਂ ਹੁੰਦੇ, ਉਸ ਤੋਂ ਬਾਅਦ ਦੋਸਤੋ ਆਹ ਕੈਪਸੂਲ ਦਿੱਤਾ ਜਾਂਦਾ ਉਹਨਾਂ ਮਰੀਜ਼ਾਂ ਨੂੰ ਸੈੱਟ ਕਰਨ ਵਾਸਤੇ ਉਹਨਾਂ ਦਾ ਦਰਦ, ਠੀਕ ਹੈ। ਜਿਵੇਂ ਕਿ ਆਪਣੇ ਗੋਡਿਆਂ 'ਚ ਦਰਦ, ਮੋਢਿਆਂ 'ਚ ਦਰਦ, ਉਹਨਾਂ ਦਰਦ ਨੂੰ ਸੈੱਟ ਕਰਨ ਵਾਸਤੇ ਦੋਸਤੋ ਇਹ ਕੈਪਸੂਲ ਦਾ ਉਪਯੋਗ ਜੋ ਕੀਤਾ ਜਾਂਦਾ, ਮਤਲਬ ਕਿ ਕਿਸੇ ਵੀ ਤਰ੍ਹਾਂ ਦੇ ਦਰਦ, ਮਤਲਬ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਦਰਦ ਉਸ ਨੂੰ ਸੈੱਟ ਕਰਨ ਵਾਸਤੇ ਦੋਸਤੋ ਇਸ ਕੈਪਸੂਲ ਦਾ ਉਪਯੋਗ ਜੋ ਕੀਤਾ ਜਾਂਦਾ, ਮਤਲਬ ਕਿ ਕਿਉਂਕਿ ਦੋਸਤੋ ਇਹ ਕੈਪਸੂਲ ਜਿਹੜਾ ਸਿਗਨਲ ਜਾਂਦਾ ਹੈ ਸਾਡੇ ਦਿਮਾਗ ਨੂੰ ਦਰਦ ਹੋਣ ਦਾ, ਉਸ ਸਿਗਨਲ ਨੂੰ ਬਲੌਕ ਕਰ ਦਿੰਦਾ ਹੈ, ਅਤੇ ਫਿਰ ਆਪਾਂ ਨੂੰ ਦਰਦ ਮਹਿਸੂਸ ਹੀ ਨਹੀਂ ਹੁੰਦਾ, ਕਿਉਂਕਿ ਉਹ ਦਰਦ ਵਾਲਾ ਸਿਗਨਲ ਆਪਣੇ ਦਿਮਾਗ 'ਤੇ ਜਾਏਗਾ ਹੀ ਨਹੀਂ, ਅਤੇ ਆਪਣਾ ਦਰਦ ਆਪੇ ਹੀ ਸੈੱਟ ਹੋ ਜਾਊਗਾ। ਇਸ ਤਰੀਕੇ ਨਾਲ ਦੋਸਤੋ ਪ੍ਰੀਗਾਬਲਿਨ ਕੈਪਸੂਲ ਹੈ ਉਹ ਉਸ ਦਰਦ ਨੂੰ ਸੈੱਟ ਵੀ ਕਰ ਦਿੰਦਾ ਹੈ। ਅਤੇ ਇਸ ਕੈਪਸੂਲ ਨੂੰ ਦੋਸਤੋ ਆਪਾਂ ਮਿਰਗੀ ਦੇ ਦੌਰੇ 'ਚ ਵੀ ਆਪਾਂ ਇਸ ਕੈਪਸੂਲ ਨੂੰ ਦੇ ਸਕਦੇ ਹਾਂ ਮਰੀਜ਼ ਨੂੰ, ਕਿਉਂਕਿ ਦੋਸਤੋ ਇਹ ਕੈਪਸੂਲ ਇੱਕ ਦਰਦ ਨਿਵਾਰਕ ਕੈਪਸੂਲ, ਮਤਲਬ ਕਿ ਦਰਦ ਨੂੰ ਸੈੱਟ ਕਰਨ ਵਾਸਤੇ ਕੈਪਸੂਲ ਹੈ, ਤਾਂ ਫਿਰ ਕਈ ਡਾਕਟਰ ਇਹਨੂੰ ਮਾਈਗ੍ਰੇਨ ਦੇ ਵਿੱਚ ਵੀ ਦੇ ਦਿੰਦੇ ਨੇ ਮਰੀਜ਼ਾਂ ਨੂੰ। ਵੈਸੇ ਦੋਸਤੋ ਮਾਈਗ੍ਰੇਨ ਦੀਆਂ ਦਵਾਈਆਂ ਹੋਰ ਵੀ ਕਾਫੀ ਬਣੀਆਂ ਨੇ, ਮਗਰ ਉਹਨਾਂ ਨਾਲ ਨਹੀਂ ਸੈਟਿੰਗ ਹੁੰਦੀ ਤਾਂ ਫਿਰ ਆਹ ਕੈਪਸੂਲ ਵੀ ਦਿੱਤਾ ਜਾਂਦਾ ਮਾਈਗ੍ਰੇਨ ਦੇ ਮਰੀਜ਼ਾਂ ਨੂੰ, ਜਿਨ੍ਹਾਂ ਦਾ ਸਿਰ ਦਰਦ ਹੁੰਦਾ ਬਹੁਤ ਜ਼ਿਆਦਾ ਭਿਆਨਕ ਸੈੱਟ ਨਹੀਂ ਹੁੰਦਾ, ਅਤੇ ਡਾਕਟਰ ਦੋਸਤੋ ਆਹ ਵੀ ਦੇ ਦਿੰਦੇ ਉਹਨਾਂ ਨੂੰ ਸੈੱਟ ਕਰਨ ਵਾਸਤੇ ਪ੍ਰੀਗਾਬਲਿਨ ਵੀ। ਅਤੇ ਦੋਸਤੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਸਾਰੀ ਜਾਣਕਾਰੀ ਪਸੰਦ ਆਈ ਹੋਵੇਗੀ। ਤਾਂ ਦੋਸਤੋ ਜਾਣਕਾਰੀ ਤੁਹਾਨੂੰ ਪਸੰਦ ਆਈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਜ਼ਰੂਰ ਲਾਈਕ ਕਰੋ। ਅਤੇ ਫਿਰ ਮਿਲਦੇ ਹਾਂ ਦੋਸਤੋ ਇੱਕ ਹੋਰ ਜੀ ਵੀਡੀਓ ਦੇ ਨਾਲ, ਜਦ ਤੱਕ ਧੰਨਵਾਦ ਸਾਰਿਆਂ ਨੂੰ ਤੁਹਾਡਾ ਵੀਡੀਓ ਵੇਖਣ ਵਾਸਤੇ।